ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਧੋਖਾਧੜੀ ਦੇ ਅਨੇਕ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਦੀ ਨਾਮਵਰ ਕੰਪਨੀ ਪਰਲਸ ਗਰੁੱਪ ਵੱਲੋਂ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਪਰਲਸ ਕੰਪਨੀ ਵਿੱਚ ਕਿਸੇ ਨੇ 1,00,000 ਰੁਪਏ, ਕਿਸੇ ਨੇ 2,00,000 ਅਤੇ ਕਿਸੇ ਨੇ ਇਸ ਤੋਂ ਵੀ ਵੱਧ ਜ਼ਿਆਦਾ ਪੈਸੇ ਲਗਾਏ ਹੋਏ ਸਨ, ਜੋ ਕਿ ਕੰਪਨੀ ਹੁਣ ਉਹਨਾਂ ਦਾ ਪੈਸਾ ਵਾਪਸ ਨਹੀਂ ਕਰ ਰਹੀ। ਉਹਨਾਂ ਕਿਹਾ ਇਸ ਮਾਮਲੇ ਨੂੰ ਲੈ ਕੇ ਉਹਨਾਂ ਸੁਪਰੀਮ ਕੋਰਟ ਵਿੱਚ ਵੀ ਕੇਸ ਦਰਜ ਕੀਤਾ ਸੀ, ਪਰ ਹੁਣ ਨਾ ਤਾਂ ਕੋਰਟ ਉਹਨਾਂ ਦੀ ਕੋਈ ਮਦਦ ਕਰ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ, ਕਿਉਂਕਿ ਇਲੈਕਸ਼ਨ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਤੋਂ ਵੋਟਾਂ ਲੈਣ ਲਈ ਇਹ ਵਾਅਦਾ ਕੀਤਾ ਸੀ ਕਿ ਜੋ ਉਹਨਾਂ ਦਾ ਪੈਸਾ ਪਰਲਸ ਕੰਪਨੀ ਵਿੱਚ ਲੱਗਿਆ ਹੈ ਉਹ ਸਾਡੀ ਸਰਕਾਰ ਆਉਣ 'ਤੇ ਅਸੀਂ ਵਾਪਸ ਕਰਾਵਾਂਗੇ, ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣਾ ਵਾਅਦਾ ਭੁੱਲ ਚੁੱਕੇ ਹਨ। ਉਹਨਾਂ ਕਿਹਾ ਇਲੈਕਸ਼ਨ ਤੋਂ ਬਾਅਦ ਲੋਕਾਂ ਨੇ ਧਰਨੇ ਵੀ ਲਗਾਏ ਅਤੇ ਰੇਲਾਂ ਵੀ ਰੋਕੀਆਂ, ਪਰ ਕੈਪਟਨ ਸਾਹਿਬ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ। ਪੀੜਤ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਕਾਂਗਰਸ ਸਰਕਾਰ ਉਹਨਾਂ ਦਾ ਪੈਸਾ ਵਾਪਸ ਨਹੀਂ ਕਰਾ ਰਹੀ ਤਾਂ ਕੋਈ ਗੱਲ ਨਹੀਂ, ਪਰ ਇਸ ਦਾ ਜਵਾਬ ਲੋਕ ਆਉਣ ਵਾਲੀਆਂ ਵੋਟਾਂ ਵਿੱਚ ਜ਼ਰੂਰ ਦੇਣਗੇ ਅਤੇ ਇੱਕ ਵੀ ਵੋਟ ਕਾਂਗਰਸ ਸਰਕਾਰ ਨੂੰ ਨਹੀਂ ਦੇਣਗੇ। ਇਹ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਇੱਥੇ ਕੀਤਾ ਗਿਆ ਜੀ, ਪਰਲ ਕੰਪਨੀ ਔਰ ਹੋਰ ਵੀ ਚਿੱਟ ਫੰਡ ਕੰਪਨੀਆਂ ਨੇ ਜਿਹੜਾ ਕਿ ਪੂਰੇ ਭਾਰਤ 'ਚੋਂ ਪੈਸਾ ਲੁੱਟ ਕੇ ਔਰ ਸਰਕਾਰਾਂ ਦੀ ਸ਼ਹਿ 'ਤੇ ਜਿਹੜਾ ਕਿ ਪੈਸਾ ਉਹ ਕੰਪਨੀਆਂ ਵਾਪਸ ਨਹੀਂ ਕਰ ਰਹੀਆਂ ਹੈਗੀਆਂ, ਔਰ ਲੋਕਾਂ ਨੂੰ ਅਸੀਂ ਜਿਹੜਾ ਲਾਮਬੰਦ ਇਸ ਲਈ ਕੀਤਾ ਕਿ ਤੁਸੀਂ ਆਓ ਔਰ ਆਪਣੀ ਆਵਾਜ਼ ਨੂੰ ਆਪਾਂ ਬੁਲੰਦ ਕਰੀਏ ਹੈਗਾ, ਔਰ ਕੈਪਟਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਹੈਗਾ ਉਹਨੂੰ ਯਾਦ ਕਰਵਾ ਦਿੱਤਾ ਜਾਵੇ ਕਿ ਉਹ ਪੈਸਾ ਮੋੜਨ ਵਾਸਤੇ ਉਸ ਵਾਅਦੇ 'ਤੇ ਆਪਣਾ ਜਿਹੜਾ ਕਿ ਬੋਲ ਕੀਤੇ ਸੀਗੇ ਰੈਲੀਆਂ ਦੇ ਵਿੱਚ ਉਹਨਾਂ ਨੂੰ ਉਹ ਕੈਪਟਨ ਸਾਹਿਬ ਆਪਣੇ ਬੋਲਾਂ ਨੂੰ ਪਗਾਉਣ ਹੈਗੇ, ਇਸ ਕਰਕੇ ਅੱਜ ਅਸੀਂ ਲੋਕਾਂ ਨੂੰ ਲਾਮਬੰਦ ਕੀਤਾ ਸੀ, ਔਰ ਜੇ ਨਹੀਂ ਇਹ ਮਤਲਬ ਕਿ ਵਾਅਦਾ ਪੂਰਾ ਕਰਦੇ ਹੈਗੇ ਔਰ ਅਸੀਂ ਲੋਕਾਂ ਨੂੰ ਨੋਟ ਲੈਣ ਵਾਸਤੇ ਵੋਟਾਂ ਵਾਸਤੇ ਤਿਆਰ ਕਰਾਂਗੇ ਕਿ ਜਿਹੜੇ ਬੰਦੇ ਸਾਨੂੰ ਸਾਡੇ ਨੋਟ ਮੋੜਨਗੇ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਹੈਗੇ, ਠੀਕ ਹੈ ਜੀ, ਕਿਉਂਕਿ ਨੋਟ ਅਤੇ ਵੋਟ ਦੀ ਅੱਜ ਤੱਕ ਰਾਜਨੀਤੀ ਚੱਲੀ ਹੈਗੀ ਹੈ ਔਰ ਇੱਥੇ ਵੀ ਨੋਟ ਦੀ ਅਤੇ ਵੋਟ ਦੀ ਰਾਜਨੀਤੀ ਚੱਲੇਗੀ। ਅਸੀਂ ਆਪਣਾ ਪੈਸਾ ਲੈਣ ਵਾਸਤੇ ਸੰਘਰਸ਼ ਕਰ ਰਹੇ ਹੈਗੇ ਹਾਂ ਔਰ ਲੋਕਾਂ ਨੂੰ ਜਿਹੜਾ ਕਿ ਪੈਸਾ ਦਵਾਉਣ ਵਾਸਤੇ ਉਹ ਹੀ ਰਾਜਨੀਤੀ ਬਣਾਵਾਂਗੇ ਜਿਹੜੀ ਇਹਨਾਂ ਨੇ ਅੱਜ ਤੱਕ ਰਾਜਨੀਤਿਕ ਲੋਕਾਂ ਨੇ ਬਣਾਈ, ਨੋਟ ਅਤੇ ਵੋਟ ਦੀ ਰਾਜਨੀਤੀ, ਕਿਉਂਕਿ ਲੋਕਾਂ ਨੇ ਨੋਟ ਆਪਣੇ ਹੀ ਲੈਣੇ ਹੈਗੇ, ਇਹਨਾਂ ਰਾਜਨੀਤਿਕ ਲੋਕਾਂ ਤੋਂ ਕੁਛ ਨਹੀਂ ਲੈਣਾ, ਔਰ ਜੇ ਇਹਨਾਂ ਨੇ ਉਹ ਸਾਡੇ ਨੋਟ ਨਾ ਦਿੱਤੇ ਤਾਂ ਅਸੀਂ ਇਹਨਾਂ ਨੂੰ ਵੋਟ ਦੀ ਜਿਹੜੀ ਕਿ ਚੋਟ ਮਾਰਾਂਗੇ ਹੈਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜਾ 2019 ਦੇ ਵਿੱਚ ਹੋਏਗਾ। ਇਹਦਾ ਜੀ ਇਸ਼ੂ ਹੈ, ਜਿੱਦਾਂ ਪੰਜਾਬ ਦੇ ਵਿੱਚ ਗੱਲ ਕਰੀਏ, ਡਰੱਗਸ, ਬੇਰੁਜ਼ਗਾਰੀ, ਗੁੰਡਾਗਰਦੀ, ਕਰਪਸ਼ਨ ਬਹੁਤ ਵੱਡੇ ਇਸ਼ੂ ਨੇ ਜਿਸ ਤੋਂ ਲੋਕ ਦੁਖੀ ਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ, ਮੈਂ ਪੰਜਾਬ ਦੀ ਨਹੀਂ ਗੱਲ ਕਰਦਾ, ਪੂਰੇ ਆਲ ਇੰਡੀਆ ਦੀ ਗੱਲ ਕਰਾਂ, ਚਿੱਟ ਫੰਡ ਮਾਫੀਆ, ਜੋ ਗੌਰਮੈਂਟ ਮੀਨਸ ਸਰਕਾਰਾਂ ਦੀ ਸਰਪ੍ਰਸਤੀ ਹੇਠ ਪਲਦਾ, ਉਹਨਾਂ ਦੀ ਆੜ ਦੇ ਵਿੱਚ ਹੀ ਵੱਧਦਾ ਫੁੱਲਦਾ ਅਤੇ ਉਹ ਗਰੀਬ ਲੋਕਾਂ ਦੇ ਵਿੱਚ ਆਉਂਦਾ ਅਤੇ ਗਰੀਬ ਲੋਕਾਂ ਨੂੰ ਲੁੱਟਦਾ। ਅੱਜ ਅਸੀਂ ਜਿਹੜਾ ਮੇਨ ਏਜੰਡਾ, ਇੱਕ PSEL ਕੰਪਨੀ ਜਿਹੜੀ ਜਿੱਦਾਂ ਪੰਜਾਬ ਦੇ ਵਿੱਚ ਪਰਲ ਗਰੁੱਪ ਬਹੁਤ ਵੱਡਾ ਫੈਲਿਆ, ਜਿਹਨੇ ਪਰਲ ਵਰਲਡ ਕਬੱਡੀ ਕੱਪ ਕਰਾਇਆ ਅਤੇ ਗੌਰਮੈਂਟ ਨੇ ਉਹਨੂੰ ਮੈਗਾ ਪ੍ਰੋਜੈਕਟ ਦਿੱਤੇ, ਉਹ ਸਾਰਾ ਕੁਝ ਦੇਖ ਕੇ ਗਰੀਬ ਲੋਕਾਂ ਨੇ ਉਸ ਕੰਪਨੀ 'ਚ ਆਪਣੇ ਖੂਨ ਪਸੀਨੇ ਦੀ ਕਮਾਈ ਨਿਵੇਸ਼ ਕੀਤੀ। ਅੱਜ ਇਹ ਲੋਕ ਜਿਹੜੇ ਤੁਸੀਂ ਇੱਥੇ ਦੇਖ ਰਹੇ ਹੋ ਮੱਲਾਂ ਵਾਲੇ ਦੇ ਵਿੱਚ ਪਹੁੰਚੇ ਆ, ਇਹ ਆਪਣੇ ਪੈਸੇ
ਪਿਛਲੇ 3.5 ਸਾਲ ਤੋਂ ਮੰਗ ਰਹੇ ਆ, ਕਿਉਂਕਿ ਜੋ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਜਿਸ ਡੇਟ ਨੂੰ ਇਹਨਾਂ ਦੀ ਪਾਲਿਸੀ ਦੀ ਮਿਆਦ ਪੁੱਗਦੀ ਸੀ ਉਸ ਨੂੰ 3.5 ਸਾਲ ਤੇ ਇਸ ਤੋਂ ਉੱਪਰ ਦਾ ਸਮਾਂ ਬੀਤ ਗਿਆ ਤੇ ਇਹਨਾਂ ਲੋਕਾਂ ਨੇ ਇਕੱਠੇ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ। 2 ਫਰਵਰੀ 2016 ਨੂੰ ਸੁਪਰੀਮ ਕੋਰਟ ਦਾ ਡਿਸੀਜਨ ਆ ਗਿਆ ਕਿ ਇਸ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸਾ ਦਿੱਤਾ ਜਾਵੇ। ਪਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਿਹਨੇ ਕਰਨਾ? ਗੌਰਮੈਂਟ ਨੇ ਕਰਨਾ। ਗੌਰਮੈਂਟ ਭੱਜ ਰਹੀ ਆ। ਅੱਜ ਕੇਂਦਰ ਸਰਕਾਰ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣ, ਉਹ ਖੁਦ ਕੰਪਨੀ ਨਾਲ ਰਲੀ ਹੋਈ ਆ, ਕਿਉਂਕਿ ਜਿਹੜਾ ਦੇਸ਼ ਦਾ ਫਾਈਨਾਂਸ ਮਿਨਿਸਟਰ ਹੈ ਅਰੁਣ ਜੇਤਲੀ ਉਹ ਇਸ ਕੰਪਨੀ ਦਾ ਲੀਗਲ ਐਡਵਾਈਜ਼ਰ ਰਿਹਾ ਤੇ ਅੱਜ ਇੱਕ ਗਿਣੀ ਮਿੱਥੀ ਸਾਜਿਸ ਕੰਪਨੀ ਦੇ ਮਾਲਕ ਪਲੱਸ ਗੌਰਮੈਂਟ ਦਾ ਇੱਕ ਗੱਠਜੋੜ ਹੈ ਜੋ ਗਰੀਬ ਲੋਕਾਂ ਦਾ ਪੈਸਾ ਦੱਬੀ ਬੈਠੇ ਆ। ਅੱਜ ਅਸੀਂ ਇਸ ਮੱਲਾਂ ਵਾਲੇ ਦੇ ਵਿੱਚ ਲੋਕਾਂ ਨੂੰ, ਕਿਉਂਕਿ ਅਸੀਂ ਪਿਛਲੇ 3.5 ਸਾਲ ਤੋਂ ਇਹ ਲੜਾਈ ਲੜ ਰਹੇ ਹਾਂ, ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਤੇ ਅੱਗੇ ਤੋਂ ਅਵੇਅਰ ਵੀ ਕਰ ਰਹੇ ਹਾਂ ਕਿ ਉਹ ਇਹਨਾਂ ਕੰਪਨੀਆਂ ਦੇ ਨਾਲ ਨਾ ਜੁੜਨ ਅਤੇ ਜਿਹੜੀਆਂ ਕੰਪਨੀ 'ਚ ਉਹਨਾਂ ਦਾ ਪੈਸਾ ਲੱਗਿਆ ਉਹ ਪੈਸਾ ਲੈਣ ਲਈ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਕੀਰਤੀ ਸ਼ਰਮਾ, ਦਿਵਿਆ ਪੰਜਾਬ ਟੀਵੀ, ਫਿਰੋਜ਼ਪੁਰ।